उसका मुख्य जो होता है अमल को भेजता है, उसका मुख्य जोत है, घूंघट है संसार, घूंघट में वो छुप गया, रुख पर आंचल डाल, उनको मुख दिखलावे है जिनसे उसकी पीत, उनको ही मिलता है वो जो है उसके मीत, मुख दिखलावे और छुपे छलबल है जगदेश, पास रहे और ना मिले उसके बस में भेस, एमें बोल कबोल न बोले अगर उनके खसम नाराज बड़ बोलिया दे कहां सिर खाए कोयल ठंड पावे इन्हें फर्क ने सजना बोलिया ले जेड़िया मालिक दी बिच रना चलन कम बन जाते हो ना गोलिया दे उदल गईया सरदार होन खजल शर्मा वालिया नू होंठे डोलिया दे ओ न कर ले सबकी नजर है ओ ना कर दीदार सजन का जिन्ना यकीना काम कर सैयद जाफर ज़मान दा मैं पढ़ रहा कलाम उन्हें ओ लिखते ने ਕਿ ਸਾਈਂ ਪਾਕ ਨੂੰ ਹਰ ਅੱਖ ਨਹੀਂ ਵੇਖ ਸਕਦੀ ਸਾਈਂ ਪਾਕ ਨੂੰ ਹਰ ਅੱਖ ਨਹੀਂ ਵੇਖ ਸਕਦੀ ਇਹ ਹੱਕ ਉਹਨਾਂ ਦਾ ਬਣਦਾ ਇਹ ਹੱਕ ਉਹਨਾਂ ਦਾ ਬਣਦਾ ਹੱਕ ਉਹਨਾਂ ਦਾ ਫੜ
ਇੱਧਰ ਗੌਰ ਫਰਮਾ ਕਿ ਸੈਯਦ ਪਾਕ ਮੈਂ ਲਿਖਦੇ ਨੇ ਸਾਈਂ ਪਾਕ ਨੂੰ ਵੇਖਣ ਵਾਸਤੇ ਜੂਠੀਆਂ ਅੱਖਾਂ ਨਹੀਂ ਚਾਹੀਦੀਆਂ ਕਿ ਜਿਹੜੀਆਂ ਅੱਗੇ ਵੀ ਕਿਸੇ ਜਲਵੇ ਦੇ ਮਾਇਲ ਹੋਈਆਂ ਹੋਣ ਉਹ ਅੱਖਾਂ ਨਹੀਂ ਚਾਹੀਦੀਆਂ ਕੋਰੀਆਂ ਅੱਖਾਂ ਕੋਰੀਆਂ ਅੱਖਾਂ ਜਿਨ੍ਹਾਂ ਨੂੰ ਨਾ ਕੇ ਜਲਵੇ ਉਮਸਾਇਆ ਜਮਾਈ ਹੋਵੇ ਜਿਹੜੀਆਂ ਅੱਖਾਂ ਚ ਮਾਈ ਵੱਸਦਾ ਹੋਵੇ ਜਿਹੜੀਆਂ ਅੱਖਾਂ ਵਿੱਚ ਮਾਹੀ ਵੱਸਦਾ ਹੋਵੇ ਜਿਹੜੀਆਂ ਅੱਖਾਂ ਚ ਮਾਹੀ ਵੱਸਦਾ ਹੋਵੇ ਉਹਦੇ ਵਿੱਚ ਸੁਰਮੇ ਜੋਗੀ ਵੀ ਥਾਂ ਨਹੀਂ ਰਹਿ ਜਾਂਦੀ ਜਾਫਰ ਜਿੰਨਾ ਪਾਕ ਹਬੀਬ ਦੇ ਜਲਵਿਆਂ ਵਿੱਚ ਅੱਖ ਮਾਰੀ ਜਾਫਰ ਜਿੰਨਾ ਪਾਕ ਹਬੀਬ ਦੇ ਜਲਵਿਆਂ ਵਿੱਚ ਅੱਖ ਮਾਰੀ ਇਸ ਜਲਵੇ ਨਹੀਂ ਸੁਰਮੇ ਜਿੰਨੀ ਅੱਖੀਆਂ ਵਿੱਚ ਛੋੜੀ ਸਭੀ